एक होर हैरान करन वाला मामला आया सामने। रिश्वत खोरी ने ले ली 65 मासूम बच्चियां दी जान। देखो किवें भारत दे विच बनी इस जानलेवा कफ सिरप पीण दे नाल हुई इन्हां 65 बच्चियां दी मौत। मामले दे विच हुए वड्डे खुलासे। सशिकाल दा टीवी एनआरआई देख रहे हो तुसी ते मैं हां अंजली। रिश्वत खोरी ते जालसाजी इस वेले भारत दे हर एक छोटे तो छोटे लैके वड्डे तो वड्डे अदारियां दे विच देखण नूं मिलदी है। पर इस रिश्वत खोरी दे करके कई वारी लोक जिहड़े ने अपनी जान तक गवा बैठते ने। पर जो ताज़ा मामला सामने आया उस दे विच 65 मासूम बच्चियां दी हत्या हुई है इस रिश्वत खोरी दे करके। दस्या जांदा है कि जानलेवा कफ सिरप पीण दे नाल जो कफ सिरप की भारत दे विच बनाया गया सी उसके करके 65 मासूम बच्चियां दी जान चली गई है। दस्या जांदा है कि जो जरूरी लाजमी टैसट इस कफ सिरप के लिए जरूरी सन करवाए जाने सन वह ना करवाए जाने इस दे लिए हज़ारा डॉलर रुपए जड़े ने उच्च अधिकारियों नु दिते जांदे ने। ते इस तो बाद एक कफ सिरप पीण दे नाल 65 बच्चियां दी मौत हो जाती है। इस सारे मामले दे बारे हुण तक दी जो जानकारी सामने आउंदी है उसके मुताबिक उज़्बेकिस्तान दे विच ए जानलेवा कफ सिरप पीण दे नाल जो कि भारत दे विच बनाई गई सी इस दे करके 65 मासूम जाना जड़ियां ने वह चलिया जांदियां ने। कथित तौर पर भारत दे विच बनाई गई इस कफ सिरप दे मामले दे विच जो खुलासा होया उसके मुताबिक उज़्बेकिस्तान दे स्ट्रेट प्रोसिक्यूटर दे विच ਇਹ ਦਾਵਾ ਕੀਤਾ ਜਾਂਦਾ ਹੈ ਕਿ ਜਾਨਲੇਵਾ ਭਾਰਤੀ ਕਫ ਸਿਰਫ ਜਿਹੜਾ ਹੈ ਉਸ ਨੂੰ ਡਿਸਟ੍ਰੀਬਿਊਟਰਸ ਦੇ ਵੱਲੋਂ ਜੋ ਜ਼ਰੂਰੀ ਟੈਸਟਿੰਗ ਕੀਤੀ ਜਾਣੀ ਸੀ ਉਸ ਨੂੰ ਨਜ਼ਰ ਅੰਦਾਜ਼ ਕਰਨ ਦੇ ਲਈ ਸਥਾਨਕ ਜੋ ਅਧਿਕਾਰੀ ਸਨ ਉੱਚ ਅਧਿਕਾਰੀ ਸਨ ਉਹਨਾਂ ਨੂੰ $33,000 ਦੀ ਰਿਸ਼ਵਤ ਦਿੱਤੀ ਗਈ ਸੀ। ਇਸੇ ਦੇ ਚੱਲਦਿਆਂ ਹੀ ਉਜ਼ਬੇਕਿਸਤਾਨ ਦੇ ਵਿੱਚ ਮੌਤਾਂ ਦੇ ਮਾਮਲੇ ਦੇ ਵਿੱਚ 21 ਲੋਕਾਂ 'ਤੇ ਮੁਕੱਦਮਾ ਚਲਾਇਆ ਗਿਆ ਜਿਸ ਦੇ ਵਿੱਚ ਕਿ 20 ਉਜ਼ਬੇਕਿਸਤਾਨ ਦੇ ਰਹਿਣ ਵਾਲੇ ਸਨ ਅਤੇ 1 ਭਾਰਤੀ ਸੀਗਾ। ਦੱਸਿਆ ਜਾਂਦਾ ਕਿ ਕਿਊਰਾਮੈਕਸ ਮੈਡੀਕਲ ਦੇ ਅਧਿਕਾਰੀਆਂ ਦੇ ਵਿੱਚ 1 ਭਾਰਤੀ ਅਤੇ 2 ਉਜ਼ਬੇਕਿਸਤਾਨ ਦੇ ਨਾਗਰਿਕ ਸ਼ਾਮਿਲ ਸਨ। ਇਸ ਤੋਂ ਇਲਾਵਾ ਕਿਊਰਾਮੈਕਸ ਇੱਕ ਐਸੀ ਕੰਪਨੀ ਹੈ ਜੋ ਕਿ ਉਜ਼ਬੇਕਿਸਤਾਨ ਦੇ ਵਿੱਚ ਭਾਰਤ ਦੀ ਮੈਰੀਅਮ ਬਾਇਓਟੈਕ ਦੇ ਦੁਆਰਾ ਬਣਾਈ ਗਈ ਦਵਾਈਆਂ ਨੂੰ ਵੇਚਦੀ ਹੈ। ਇਸ ਸਾਰੇ ਮਾਮਲੇ 'ਤੇ ਜੋ ਅੱਗੇ ਜਾਣਕਾਰੀ ਸਾਹਮਣੇ ਆਉਂਦੀ ਹੈ ਉਸਦੇ ਮੁਤਾਬਿਕ ਕਿਊਰਾਮੈਕਸ ਦੇ CEO ਸਿੰਘ ਰਾਘਵਿੰਦਰ ਪ੍ਰਤਾਪ ਦੇ ਵੱਲੋਂ ਕਥਿਤ ਤੌਰ 'ਤੇ ਆਪਣੇ ਪ੍ਰੋਡਕਟ ਦੀ ਵਿਸ਼ੇਸ਼ਤਾਵਾਂ ਅਤੇ ਇਸਦੇ ਮਾਪਦੰਡਾਂ ਨੂੰ ਮਾਪਣ ਦੇ ਲਈ ਜਿਹੜੇ ਸੂਬਾ ਕੇਂਦਰ ਦੇ ਅਧਿਕਾਰੀ ਨੇ ਉਹਨਾਂ ਨੂੰ $33,000 ਦਾ ਭੁਗਤਾਨ ਕਰਨ ਦੇ ਲਈ ਉਹਨਾਂ ਦੇ ਵੱਲੋਂ ਗੱਲ ਨੂੰ ਮੰਨਿਆ ਗਿਆ ਸੀ ਇਸ ਤਾਂ ਕਿ ਇਸ ਪ੍ਰੋਡਕਟ ਦੀ ਜਿਹੜੀ ਜ਼ਰੂਰੀ ਲਾਜ਼ਮੀ ਟੈਸਟਿੰਗ ਹੈ ਉਹ ਨਾ ਹੋ ਸਕੇ। ਹਾਲਾਂਕਿ ਪ੍ਰੋਸੀਕਿਊਟਰ ਦੇ ਬਿਆਨ ਦੇ ਮੁਤਾਬਿਕ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਉਜ਼ਬੇਕਿਸਤਾਨ ਦੇ ਵਿੱਚ ਇਹ ਜਿਹੜਾ ਕਫ ਸਿਰਫ ਹੈ ਇਸਦੀ ਟੈਸਟਿੰਗ ਕੀਤੀ ਜਾਣੀ ਸੀ ਜਾਂ ਫਿਰ ਭਾਰਤ ਦੇ ਵਿੱਚ ਇਸਦੀ ਟੈਸਟਿੰਗ ਪਹਿਲਾਂ ਹੋਣੀ ਸੀਗੀ। ਦੱਸੀਏ ਕਿ ਕਿਊਰਾਮੈਕਸ ਦੇ CEO ਦੇ ਮੁਤਾਬਿਕ ਅਦਾਲਤ ਦੇ ਵਿੱਚ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਇਹ ਲਾਜ਼ਮੀ ਟੈਸਟਿੰਗ ਹੈ ਉਸਦੇ ਲਈ ਉਸਦੇ ਵੱਲੋਂ ਪੈਸੇ ਦਿੱਤੇ ਗਏ ਸੀਗੇ। ਪਰ ਜਦੋਂ ਜਾਂਚ ਪੜਤਾਲ ਕੀਤੀ ਗਈ ਇਸੇ ਦੌਰਾਨ ਉਸਨੇ ਇਹ ਸਵੀਕਾਰ ਕਰ ਲਿਆ ਕਿ ਉਹਨਾਂ ਦੇ ਵੱਲੋਂ ਰਿਸ਼ਵਤ ਦੇ ਤੌਰ 'ਤੇ ਇੱਕ ਜਿਹੜਾ ਮੈਡੀਏਟਰ ਸੀਗਾ ਉਸਦੇ ਮਾਧਿਅਮ ਦੇ ਨਾਲ ਉੱਚ ਅਧਿਕਾਰੀਆਂ ਨੂੰ ਇਹ ਪੈਸੇ $33,000 ਰੁਪਏ ਦਿੱਤੇ ਗਏ ਸਨ, ਜਿਸ ਤੋਂ ਬਾਅਦ ਜਿਹੜਾ ਹੈ ਇਹਨਾਂ ਪੈਸਿਆਂ ਦਾ ਇਸਤੇਮਾਲ ਉਸਨੇ ਕਿੱਥੇ ਕੀਤਾ, ਕਿਸ ਤਰ੍ਹਾਂ ਕੀਤਾ, ਉਸਨੂੰ ਇਸਦੇ ਬਾਰੇ ਜਾਣਕਾਰੀ ਨਹੀਂ ਹੈ। ਫਿਲਹਾਲ ਜਿਹੜੇ ਇਸ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਘੱਟੋ ਘੱਟ ਕੁਝ ਲੋਕ ਜੋ ਦੋਸ਼ੀ ਠਹਿਰਾਏ ਜਾ ਚੁੱਕੇ ਨੇ ਉਹਨਾਂ ਦੇ ਵਿੱਚੋਂ ਇੱਕ ਭਾਰਤੀ ਵੀ ਸ਼ਾਮਿਲ ਹੈ ਜਿਸ ਦੇ ਉੱਤੇ ਇਸ ਵੇਲੇ ਮਾਮਲਾ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਇਹ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਕਿ ਜੋ ਮੌਤਾਂ ਹੋਈਆਂ ਸਨ 65 ਮੌਤਾਂ ਹੋਈਆਂ ਸਨ ਉਹ ਕਫ ਸਿਰਫ ਪੀਣ ਤੋਂ ਬਾਅਦ ਜਾਂ ਫਿਰ ਕਿਸੇ ਹੋਰ ਬਿਮਾਰੀ ਦੇ ਚੱਲਦਿਆਂ ਵੀ ਹੋਈਆਂ ਸਨ। ਪਰ ਇਸੇ ਦੌਰਾਨ ਉਹਨਾਂ ਨੇ ਜਾਂਚ ਦੇ ਵਿੱਚ ਇਹ ਜ਼ਰੂਰ ਪਾਇਆ ਗਿਆ ਕਿ ਭਾਰਤ ਦੀ ਬਣਾਈ ਗਈ ਇਹ ਜਿਹੜੀ ਕਫ ਸਿਰਫ ਸੀਗੀ, ਜਾਨਲੇਵਾ ਕਫ ਸਿਰਫ ਸੀਗੀ, ਇਸਦਾ ਇਸਤੇਮਾਲ ਉਹਨਾਂ ਦੀ ਬਿਮਾਰੀ ਦੇ ਦੌਰਾਨ ਜ਼ਰੂਰ ਕੀਤਾ ਗਿਆ ਸੀਗਾ। ਸੋ ਇੱਕ ਕਾਰਨ ਇਹ ਵੀ ਹੈਗਾ ਕਿ ਉਸ ਬਿਮਾਰੀ ਦੇ ਦੌਰਾਨ ਇਹ ਕਫ ਸਿਰਫ ਜ਼ਰੂਰ ਪੀਤੀ ਗਈ ਸੀ। ਦੱਸੀਏ ਕਿ ਬਿਆਨ ਜੋ ਸਾਹਮਣੇ ਆਉਂਦੇ ਨੇ ਉਸਦੇ ਮੁਤਾਬਕ ਕਿਊਰਾਮੈਕਸ ਨੇ ਸਿੰਗਾਪੁਰ ਸਥਿਤ 2 ਮੈਡੀਏਟਰਸ ਕੰਪਨੀਆਂ ਦੇ ਰਾਹੀਂ ਜਿਹੜਾ ਹੈ ਇਸ ਕੀਮਤ ਨੂੰ ਜੋ ਕਿ $33,000 ਦੱਸੀ ਜਾਂਦੀ ਹੈ ਰਿਸ਼ਵਤ ਦੇ ਤੌਰ 'ਤੇ ਦਿੱਤੀ ਸੀਗੀ, ਔਰ ਮੈਰੀਅਮ ਬਾਇਓਟੈਕ ਦੀਆਂ ਦਵਾਈਆਂ ਜਿਹੜੀਆਂ ਨੇ ਉਹਨਾਂ ਨੂੰ ਐਕਸਪੋਰਟ ਕਰਨ ਦੇ ਲਈ ਜ਼ਰੂਰ ਇਸਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਚੋਰੀ ਦੇ ਦੋਸ਼ ਲੱਗੇ ਨੇ, ਜਾਨਲੇਵਾ ਦਵਾਈਆਂ ਦਾ ਇਸਤੇਮਾਲ ਕਰਨ ਦੇ ਦੋਸ਼ ਲੱਗੇ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਦੋਸ਼ ਨੇ ਜਿਨ੍ਹਾਂ ਦੇ ਤਹਿਤ ਹੁਣ ਇੱਕ ਭਾਰਤੀ ਦੇ ਉੱਤੇ ਅਤੇ ਨਾਲ ਦੀ ਨਾਲ ਵੀ ਜਿਹੜੇ ਉਜ਼ਬੇਕਿਸਤਾਨ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। A to Z ਸਮੱਸਿਆ ਦਾ ਸਮਾਧਾਨ ਮੀਆਂ ਕਰੀਮ ਖਾਂ। ਕਾਲ ਜਾਂ ਵਟਸਐਪ ਕਰੋ 99150-90403। ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ 11 ਘੰਟਿਆਂ 'ਚ ਫਟਾਫਟ 101% ਸਮਾਧਾਨ।
ਗਰੰਟੀ ਕਾਰਡ ਦੇ ਨਾਲ ਕਾਲੇ ਇਲਮ ਦੀ ਕਾਟ ਸਾਡੇ ਕੋਲ ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ ਚ ਕਰਵਾਓ ਕੀਤਾ ਕਰਾਇਆ ਜਾਦੂ ਟੋਣਾ ਮਨਚਾਇਆ ਪਿਆਰ ਵਸ਼ੀਕਰਨ ਮੁਠਕਰਨੀ ਕਰਵਾਓ ਜਾਂ ਤੁੜਵਾਓ ਨੌਕਰੀ ਕਾਰੋਬਾਰ ਚ ਰੁਕਾਵਟਾਂ ਸੋਤਨ ਦੁਸ਼ਮਣ ਤੋਂ ਛੁਟਕਾਰਾ ਘਰ ਚ ਖੂਨ ਦੇ ਛਿੱਟੇ ਆਉਣੇ ਬੱਚਿਆਂ ਦਾ ਪੜ੍ਹਾਈ ਚ ਮਨ ਨਾ ਲੱਗਣਾ ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਵਾਓ ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 11 ਘੰਟਿਆਂ ਚ